ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇੱਕ ਹੋਰ ਵੱਡਾ ਚਟਕਾ ਦੇਣ ਦੀ ਤਿਆਰੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੱਡਾ ਚਟਕਾ ਦੇਣ ਦੀ ਤਿਆਰੀ ਖਿੱਚ ਲਈ ਹੈ ਕੇਂਦਰ ਵੱਲੋਂ ਪੈੰਡੂ ਵਿਕਾਸ ਫੰਡ ਜਾਨੀ ਕਿ ਆਰਡੀਐਫ ਨੂੰ ਲੈ ਕੇ ਕੇਂਦਰ ਸਰਕਾਰ ਵੱਡਾ ਫੈਸਲਾ ਲੈ ਸਕਦੀ ਹੈ ਕੇਂਦਰ ਨੇ ਪੰਜਾਬ ਚ ਝੋਨੇ ਦੀ ਖਰੀਦ ਲਈ ਭੇਜੀ ਗਈ ਪ੍ਰੋਜ਼ੀਮਨਲ ਕਾਸਟ ਸ਼ੀਟ ਦੇ 3% ਦੀ ਆਰਡੀਐਫ ਫਿਲਹਾਲ ਜ਼ੀਰੋ ਕਰ ਦਿੱਤਾ ਦਰਅਸਲ ਕੇਂਦਰ ਦੇ ਵੱਲੋਂ ਪੁੱਛਿਆ ਗਿਆ ਕਿ ਸੂਬਾ ਸਰਕਾਰ ਦੱਸੇ ਪੈੰਡੂ ਵਿਕਾਸ ਫੰਡ ਜਾਨੀ ਕਿ ਆਰ ਡੀ ਐਫ ਦੀ ਵਰਤੋਂ ਕਿਹੜੇ ਕੰਮਾਂ ਦੇ ਲਈ ਹੁੰਦੀ ਹੈ ਖੇਤੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਸ ਆਰ ਡੀ ਐਫ ਦਾ ਭੁਗਤਾਨ ਕੇਂਦਰ ਸਰਕਾਰ ਪਿਛਲੇ 5 ਦਹਾਕਿਆਂ ਤੋਂ ਕਰ ਰਹੀ ਹੈ ਉਸ ਬਾਰੇ ਹੁਣ ਅਜਿਹਾ ਸਵਾਲ ਪੁੱਛਣ ਦਾ ਮਤਲਬ ਸਾਫ਼ ਹੈ ਕਿ ਸਰਕਾਰ ਹੁਣ ਇਸ ਤੋਂ ਪੈਰ ਪਛਾਹ ਖਿੱਚਣਾ ਚਾਹੁੰਦੀ ਉਹਨਾਂ ਨੇ ਕਿਹਾ ਅਸੀਂ ਇਸ ਦਾ ਜਵਾਬ ਤਿਆਰ ਕਰ ਰਹੇ ਹਾਂ ਜੇਕਰ ਕੇਂਦਰ ਸਰਕਾਰ ਆਰ ਡੀ ਐਫ ਨਹੀਂ ਦਿੰਦੀ ਤਾਂ ਪੰਜਾਬ ਨੂੰ ਝੋਨੇ ਦੇ ਸੀਜ਼ਨ ਚ ਲਗਭਗ 1000 50 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਡਰ ਰਹੇਗਾ ਪੰਜਾਬ ਸਰਕਾਰ ਨਵੇਂ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਇਸ ਲਈ ਕਰ ਰਹੀ ਹੈ ਕਿਉਂਕਿ ਇਸ 'ਚ ਮੰਡੀਆਂ ਦੇ ਬਾਹਰ ਵਿਕਣ ਵਾਲੇ ਅਨਾਜ ਤੇ ਕਿਸੇ ਤਰ੍ਹਾਂ ਦਾ ਟੈਕਸ ਆਦ ਨਾ ਦੇਣ ਦੀ ਤਜ਼ਵੀਜ਼ ਰੱਖੀ ਗਈ ਸੀ ਪਰ ਇਸ ਦੌਰਾਨ ਹੁਣ ਝੋਨੇ ਦੀ ਖਰੀਦ ਨੂੰ ਹੀ ਕੇਂਦਰ ਸਰਕਾਰ ਵੱਲੋਂ ਆਰਡੀਐਫ ਨੂੰ ਹਟਾਉਣ ਦੀ ਕਵਾਇਦ ਨਾਲ ਸੂਬਾ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ ਕੇਰਲਾ ਵਿੱਚ ਸਬਜ਼ੀਆਂ ਤੇ ਐਮਐਸਪੀ ਤੈਅ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ ਲੰਮੇ ਤੋਂ ਕਰ ਰਿਹਾ ਸੀ ਮੰਗ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਕੇਰਲ ਸਰਕਾਰ ਨੇ ਸੂਬੇ ਦੇ ਵਿੱਚ ਖੇਤੀਬਾੜੀ ਸੈਕਟਰ ਨੂੰ ਹੁਲਾਰਾ ਦੇਣ ਦੇ ਲਈ ਵੱਡਾ ਫੈਸਲਾ ਲਿਆ ਹੈ ਸਰਕਾਰ ਨੇ ਸਬਜ਼ੀਆਂ ਦੇ ਲਈ ਆਧਾਰ ਮੁੱਲ ਜਾਨੀ ਕਿ ਬੇਸ ਪ੍ਰਾਈਸ ਤਾ ਕਰ ਦਿੱਤਾ ਇਸ ਨਾਲ ਕੇਰਲ ਸਬਜ਼ੀਆਂ ਦੇ ਲਈ ਐਮਐਸਪੀ ਤੈਅ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਪੂਰੀ ਵੀਡੀਓ ਚੈਨਲ ਤੇ ਪਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਸ ਦੇ ਵਿੱਚ ਉਹਨਾਂ ਨੇ ਜਿਹੜੀ ਤੈਅ ਕੀਤੀ ਹੈ ਜੀ ਐਮਐਸਪੀ ਕੇਲੇ ਦੀ 30 ਰੁਪਏ ਤੈਅ ਕੀਤੀ ਆ ਤੇ ਅਨਾਨਾਸ 15 ਰੁਪਏ ਟਮਾਟਰ ਦਾ 8 ਰੁਪਏ ਪ੍ਰਤੀ ਕਿਲੋਗ੍ਰam ਆਲੂ 20 ਰੁਪਏ ਕਿਲੋਗ੍ਰam ਜਦਕਿ ਲਸਣ 140 ਰੁਪਏ ਤੇ ਭਿੰਡੀ ਵੀ ਖੀਰਾ 8 ਰੁਪਏ ਤੈਅ ਹੋਇਆ ਤੇ ਦੇਸ਼ ਦੇ ਕਈ ਸੂਬੇ ਐਮਐਸਪੀ ਦੀ ਮੰਗ ਕਰ ਰਹੇ ਹਨ ਤੇ ਪੰਜਾਬ ਦੇ ਵਿੱਚ ਜਿਹੜੀ ਮੰਗ ਆ ਜੀ ਲਾਗੂ ਕਰਨ ਦੀ ਜ਼ੋਰ ਸ਼ੋਰ ਦੇ ਨਾਲ ਲੰਬੇ ਸਮੇਂ ਤੋਂ ਜਿਹੜੀ ਉੱਠ ਰਹੀ ਆ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਸੂਬੇ ਦੇ ਸਾਰੇ ਥਰਮਲ ਪਲਾਂਟਾਂ ਵਿੱਚੋਂ ਬਿਜਲੀ ਉਤਪਾਦਨ ਬੰਦ, ਮਾਲ ਗੱਡੀਆਂ ਬੰਦ ਹੋਣ ਦੇ ਕਾਰਨ ਥਰਮਲ ਪਲਾਂਟਾਂ 'ਚ ਨਹੀਂ ਪੁੱਜ ਰਿਹਾ ਕੋਲਾ। ਸਰੋਤੇ ਵੀਰੋ ਵੱਡੀ ਖਬਰ ਹੈ। ਖਬਰ ਵੱਲ ਰੁੱਖ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ। ਇੱਕ-ਇੱਕ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਚ ਕਿਸਾਨਾਂ ਦੇ ਸੰਘਰਸ਼ ਵਿਚਾਲੇ ਪੰਜਾਬ ਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਾਰਨ ਥਰਮਲ ਪਾਵਰ ਪਲਾਂਟਾਂ ਚ ਉਤਪਾਦਨ ਵੀ ਠੱਪ ਹੋ ਗਿਆ ਰੂਪਨਗਰ ਬਠਿੰਡਾ ਦੇ ਲਹਿਰਾ ਮੁਹਬਤ ਮਾਨਸਾ ਤਲਵੰਡੀ ਸਾਬੋ ਪਟਿਆਲਾ ਤੇ ਰਾਜਪੁਰਾ ਦੇ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਸਾਰੇ ਜੁਨਟ ਬੰਦ ਕਰ ਦਿੱਤੇ ਗਏ ਹਨ ਪੂਰੀ ਵੀਡੀਓ ਜਿਹੜੀ ਚੈਨਲ ਤੇ ਪਾਈ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਪੰਜਾਬੀਆਂ ਦੇ ਲਈ ਚੰਗੀ ਖਬਰ ਦਿੱਲੀ ਅਮਰਤਸਰ ਵਾਇਆ ਚੰਡੀਗੜ੍ਹ ਵਿਚ ਦੌੜੇਗੀ ਬੁਲੇਟ ਟ੍ਰੇਨ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਅੰਦਰ ਆਵਾਜਾਈ ਦੀ ਰਫ਼ਤਾਰ ਪਹਿਲਾਂ ਦੇ ਨਾਲੋਂ ਕਿਤੇ ਵੱਧ ਹੋ ਜਾਏਗੀ ਦਰਅਸਲ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਤੇ ਕੰਮ ਚੱਲ ਰਿਹਾ ਹੈ ਇਹ ਟ੍ਰੇਨ ਮੁੰਬਈ ਅਹਮਦਾਬਾਦ ਨੂੰ ਜੋੜ ਰਹੀ ਹੈ ਇਸ ਤੋਂ ਇਲਾਵਾ ਸਰਕਾਰ ਦੂਜੇ ਰੂਟਾਂ ਤੇ ਵੀ ਧਿਆਨ ਕੇਂਦ੍ਰਿਤ ਕਰ ਰਹੀ ਹੈ ਜਿਸ ਵਿੱਚ ਦਿੱਲੀ ਅਮਰਤਸਰ ਵਾਇਆ ਚੰਡੀਗੜ੍ਹ ਦੇ ਰਸਤੇ ਸ਼ਾਮਲ ਕੀਤੇ ਗਏ ਹਨ ਇਸ ਮਹੀਨੇ ਦੇ ਆਰੰਭ ਤੋਂ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ ਨੇ ਪ੍ਰਸਤਾਵਿਤ ਗਲਿਆਰੇ ਦੇ ਨਾਲ ਓਵਰਹੈੱਡ ਅਤੇ ਅੰਡਰਗਰਾਉਂਡ ਸਹੂਲਤਾਂ ਦੇ ਨਾਲ ਪਾਵਰ ਸਰੋਤ ਵਿਕਲਪਾਂ ਤੇ ਸਬਸਟੇਸ਼ਨਾਂ ਦੀ ਪਛਾਣ ਕਰਨ ਦੇ ਲਈ 465 ਕਿਲੋਮੀਟਰ ਦੇ ਪ੍ਰੋਜੈਕਟ ਦੇ ਸਰਵੇਖਣ ਦੇ ਲਈ ਬੋਲੀ ਦੀ ਮੰਗ ਕੀਤੀ ਆ ਜਨਤਕ ਡੋਮੇਨ ਦੀ ਦਸਤਾਵੇਜ਼ਾਂ ਅਨੁਸਾਰ ਬੋਲੀ 3 ਨਵੰਬਰ ਤੋਂ 9 ਨਵੰਬਰ ਦੇ ਵਿੱਚਕਾਰ ਜਮ੍ਹਾਂ ਕਰਵਾਈ ਜਾਣੀ ਹੈ ਤੇ ਅਗਲੇ ਦਿਨਾਂ ਦੇ ਤੱਕ ਖੋਲ ਦਿੱਤੀ ਜਾਵੇਗੀ ਸੋ 508 ਕਿਲੋਮੀਟਰ ਦੇ ਲਈ 237 ਕਿਲੋਮੀਟਰ ਲੰਬਾਈ ਅਤੇ ਵਾਈਡੈਕ ਡਿਜ਼ਾਈਨ ਦੀ ਉਸਾਰੀ ਦੇ ਲਈ ਵਿੱਤੀ ਬੋਲੀ ਦਿੱਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਪੰਜਾਬ ਤੋਂ ਫਿਰ ਕਰੋਨਾ ਕਾਰਨ 13 ਮੌਤਾਂ 353 ਨਵੇਂ ਕੇਸ ਪੰਜਾਬ ਵਿੱਚ ਮੰਗਲਵਾਰ ਨੂੰ ਫਿਰ ਕਰੋਨਾ ਵਾਇਰਸ ਨਾਲ 13 ਮੌਤਾਂ ਹੋ ਗਈਆਂ ਜਦਕਿ 353 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਸੂਬੇ ਦੇ ਸਿਹਤ ਵਿਭਾਗ ਦੇ ਅਨੁਸਾਰ ਹੁਣ ਤੱਕ 2515967 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ 4099 ਕੇਸ ਐਕਟਿਵ ਹਨ ਜਿਹੜੇ ਸੂਬੇ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਦੇ ਅਧੀਨ ਹਨ 105 ਮਰੀਜ਼ ਆਕਸੀਜਨ ਸਹਾਰੇ ਹਨ ਜਦਕਿ 19 ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਅੰਮ੍ਰਿਤਸਰ ਵਿੱਚ ਸ਼੍ਰੀ ਰਾਮ ਜੀ ਦੀ ਬੇਅਦਬੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ। ਸੂਬੇ ਭਾਰਤੂ ਜਿੱਥੇ ਦੁਸਹਿਰੇ ਵਾਲੇ ਦਿਨ 라ਵਣ ਸਮੇਤ ਕੁੰਭਕਰਨ ਤੇ ਮੇਗਨਾਥ ਦੇ ਪੁਤਲੇ ਸਾੜੇ ਗਏ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਸ਼੍ਰੀ ਰਾਮ ਦੀ ਬੇਅਦਬੀ ਕੀਤੀ ਗਈ। ਸੋਸ਼ਲ ਮੀਡੀਆ ਤੇ ਉਕਤ ਘਟਨਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਲੋਕਾਂ ਵੱਲੋਂ ਸ਼੍ਰੀ ਰਾਮ ਜੀ ਦਾ ਪੂਤਲਾ ਸਾੜ ਕੇ ਇਸ ਮੰਦਭਾਗੀ ਕਾਰਨਾ ਨੂੰ ਅੰਜਾਮ ਦਿੱਤਾ ਗਿਆ ਪੰਜਾਬ ਯੂਥ ਭਾਜਪਾ ਦੇ ਉਪ ਪ੍ਰਧਾਨ ਅਸ਼ੋਕ ਸੀਰਨ ਨੇ ਇਸ ਕਾਰਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਥਾਣਾ ਨੰਬਰ 3 ਦੀ ਉਕਤ ਸ਼ਰਾਰਤੀ ਅੰਸਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਉਹਨਾਂ ਨੇ ਕਿਹਾ ਜਿਨ੍ਹਾਂ ਨੇ ਅੰਮ੍ਰਿਤਸਰ 'ਚ ਇਸ ਮੰਦਭਾਗੀ ਕਾਰਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਸਖਤ ਕਾਰਵਾਈ ਕੀਤੀ ਜਾਵੇ ਪੰਜਾਬ 'ਚ ਕਿਸਾਨਾਂ ਨੂੰ ਲਾਂਬੰਦ ਕਰਨ ਲਈ ਕੱਲ ਤੋਂ ਰੈਲੀਆਂ ਕਰੇਗੀ ਕਾਂਗਰਸ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਉਣ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਹੁਣ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਸਬੰਧੀ ਚੁੱਕੇ ਗਏ ਕਦਮਾਂ ਦੀ ਲਾਂਬੰਦ ਕਰੇਗੀ ਇਸ ਦੇ ਬਾਬਤ ਕਾਂਗਰਸ ਕਮੇਟੀ ਵੱਲੋਂ ਸਮੁੱਚੇ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਰੈਲੀਆਂ ਕਰਨ ਦੀ ਅਜੋਜਿਤਾ ਕਰੀ ਗਈ ਹੈ ਜਿਸ ਦੀ ਸ਼ੁਰੂਆਤ ਬੁੱਧਵਾਰ 28 ਅਕਤੂਬਰ ਤੋਂ ਮਾਝਾ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੀਤੀ ਜਾਵੇਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਸ ਵਿੱਚ ਸ਼ਿਰਕਤ ਕਰਨਗੇ ਪਹਿਲਾਂ ਕਾਂਗਰਸ ਵੱਲੋਂ ਮਾਝਾ ਦੁਆਬਾ ਤੇ ਮਾਲਵਾ ਖੇਤਰ ਚੋਂ ਤਿੰਨ ਵੱਡੀਆਂ ਰੈਲੀਆਂ ਕਰਨ ਦੀ ਯੋਜਨਾ ਸੀ ਪਰ ਵਿਧਾਇਕਾਂ ਦੀ ਮੰਗ ਤੇ ਸਮੁੱਚੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਰੈਲੀਆਂ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਨੂੰ ਕਾਂਗਰਸ ਹਾਈ ਕਮਾਂਡ ਨੇ ਮਨਜ਼ੂਰੀ ਦੇ ਦਿੱਤੀ ਤੇ ਮਾਝੇ ਦੇ ਵਿੱਚੋਂ ਇਹਨਾਂ ਰੈਲੀਆਂ ਦੀ ਸ਼ੁਰੂਆਤ ਹੋ ਰਹੀ ਹੈ ਹਾਈ ਕੋਰਟ ਨੂੰ ਪੰਜਾਬ ਦਾ ਜਵਾਬ ਨਿਜਮਾ ਤੋਂ ਬਾਹਰ ਕਿਸੇ ਨੂੰ ਨਹੀਂ ਦਿੱਤੀ ਸੁਰੱਖਿਆ ਸੂਬਾ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਦੱਸਿਆ ਕਿ ਸੂਬੇ ਦੇ ਵਿੱਚ ਸੂਬਾਈ ਨੀਤੀ ਸੁਰੱਖਿਆ ਨੀਤੀ 2013 ਤੋਂ ਬਾਹਰ ਜਾ ਕੇ ਕਿਸੇ ਵੀ ਵਿਅਕਤੀ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਸੂਬਾ ਸਰਕਾਰ ਨੇ ਮੰਗਲਵਾਰ ਨੂੰ ਇਸ ਬਾਰੇ ਹਾਈ ਕੋਰਟ ਦੇ ਵਿੱਚ ਸੀਲ ਬੰਦ ਲਫਾਫਾ ਦੇ ਕੇ ਸੁਰੱਖਿਆ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਬਾਰੇ ਜਾਣਕਾਰੀ ਕਰਵਾਈ ਜਿੱਥੇ ਉਹ ਵਿਅਕਤੀ ਕਿਸੇ ਅਹੁਦੇ ਤੇ ਉਥੇ ਹੀ ਜਿਹੜੇ ਵਿਅਕਤੀ ਕਿਸੇ ਅਹੁਦੇ ਤੇ ਨਹੀਂ ਹਨ ਇਹੋ ਜਿਹੇ ਕਿੰਨੇ ਵਿਅਕਤੀਆਂ ਨੂੰ ਸਰਕਾਰ ਨੇ ਸੁਰੱਖਿਆ ਦਿੱਤੀ ਇਸ ਬਾਰੇ ਜਾਣਕਾਰੀ ਮੰਗੇ ਜਾਣ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ ਵਕਤ ਮੰਗਿਆ ਹਾਈ ਕੋਰਟ ਨੇ ਸਰਕਾਰ ਨੂੰ ਕੁਝ ਸਮਾਂ ਦਿੰਦਿਆਂ ਸੁਣਵਾਈ 17 ਜਨਵਰੀ ਦੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਦੱਸਣਯੋਗ ਹੈ ਕਿ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਵੀਰ ਦਵਿੰਦਰ ਸਿੰਘ ਨੇ ਸੁਰੱਖਿਆ ਵਾਪਸ ਲਏ ਜਾਣ ਤੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਬਾਹਲ ਕਰਨ ਦੀ ਮੰਗ ਕੀਤੀ ਸੀ ਬੀਰ ਦਵਿੰਦਰ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਉਹਨਾਂ ਨੂੰ 1983 ਦੌਰਾਨ ਸੁਰੱਖਿਆ ਮਿਲੀ ਹੋਈ ਸੀ 19 ਮਈ 1991 ਨੂੰ ਉਹਨਾਂ ਤੇ ਅੱਤਵਾਦੀਆਂ ਨੇ ਹਮਲਾ ਕੀਤਾ 2002 ਤੋਂ 2007 ਤੱਕ ਉਹ ਖਰੜ ਤੋਂ ਵਿਧਾਇਕ ਰਹੇ ਹੁਣ ਸੂਬਾ ਸਰਕਾਰ ਨੇ ਉਹਨਾਂ ਤੇ ਇੱਕ ਤਰਫਾ ਫੈਸਲਾ ਲੈਂਦਿਆਂ 23 ਜੂਨ ਨੂੰ ਉਹਨਾਂ ਦੀ ਸੁਰੱਖਿਆ ਦੇ ਵਿੱਚ ਤਨਾਇਤ ਸੁਰੱਖਿਆ ਮੁਲਾਜ਼ਮ ਵਾਪਸ ਅਦਲੇ ਹਨ ਹੁਣ ਉਹਨਾਂ ਦੀ ਸੁਰੱਖਿਆ ਦੇ ਵਿੱਚ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਹੈ ਉਹ ਜਦਕਿ ਸਾਬਕਾ ਵਿਧਾਇਕ ਹੋਣ ਦੇ ਕਰਕੇ ਉਹਨਾਂ ਕੋਲ ਘੱਟੋ ਘੱਟ ਦੋ ਸੁਰੱਖਿਆ ਮੁਲਾਜ਼ਮ ਹੋਣੇ ਚਾਹੀਦੇ ਹਨ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਨਾਮਜਦ 120 ਮੁਲਜ਼ਮਾਂ ਖਿਲਾਫ ਅਦਾਲਤ 'ਚੋਂ ਪੇਸ਼ ਹੋਇਆ ਚਲਾਨ ਜ਼ਿਲ੍ਹੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਾਣ ਦੇ ਦੌਰਾਨ ਕਰੀਬ 104 ਵਿਅਕਤੀਆਂ ਦੀ ਮੌਤ ਹੋ ਚੁੱਕੀ ਜਦਕਿ 8 ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਇਸ ਸਬੰਧੀ ਥਾਣਾ ਸਿਟੀ ਅਤੇ ਸਦਰ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਕਰੀਬ 120 ਮੁਲਜ਼ਮਾਂ ਖਿਲਾਫ ਧਾਰਾ ਐਕਸਾਈਜ਼ ਐਕਟ 302 304 307 328 ਆਈਪੀਸੀਸੀ ਦੇ ਤਹਿਤ ਮਾਮਲੇ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸਬੰਧੀ ਜ਼ਿਲ੍ਹਾ ਪੁਲਿਸ ਵੱਲੋਂ ਮਾਨਯੋਗ ਅਦਾਲਤ ਚੋਂ ਚਲਾਨ ਪੇਸ਼ ਕੀਤੇ ਗਏ ਹਨ ਵੱਖ-ਵੱਖ ਪਿੰਡਾਂ 'ਚ ਜਲਾਈ ਅਤੇ ਅਗਸਤ ਮਹੀਨੇ ਦਰਮਿਆਨ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਕੀਤੇ ਜਾਣ ਤੇ 104 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 8 ਵਿਅਕਤੀਆਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਜਿਸ ਦੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸ਼ਰਾਬ mafia ਖਿਲਾਫ ਸਖਤੀ ਦੇ ਨਾਲ ਨਜਿੱਠਣ ਦੇ ਹੁਕਮਾਂ ਦੇ ਤਹਿਤ ਥਾਣਾ ਸਦਰ ਅਤੇ ਥਾਣਾ ਸਿਟੀ ਦੀ ਪੁਲਿਸ ਦੇ ਵੱਲੋਂ 120 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਾਵਰਕਾਮ ਵੱਲੋਂ ਰੋਜ਼ਾਨਾ ਬਿਜਲੀ ਬੰਦ ਕਰਨ ਤੇ ਲੋਕਾਂ ਨੂੰ ਭਾਰੀ ਰੋਸ ਸ਼ਹਿਰ ਦੇ ਖੇਮਕਰਨ ਰੋਡ ਦੇ ਵਿਖੇ ਕਈ ਸਾਲਾਂ ਤੋਂ ਬੰਦ ਰਾਇਸ ਮਿਲ ਨੂੰ ਦੁਬਾਰਾ ਚਾਲੂ ਕਰਨ ਲਈ ਪਾਵਰਕਾਮ ਵਿਭਾਗ ਵੱਲੋਂ ਤਾਰਾ ਪਾਉਣ ਦੀ ਰਜਾਇਦਾ ਸ਼ਹਿਰ ਦੀ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਬਿਜਲੀ ਬੰਦ ਕਰਨ ਤੋਂ ਪਹਿਲਾਂ ਖਪਤਕਾਰਾਂ ਦੀਆਂ ਮੁਸ਼ਕਲਾਂ ਨੂੰ ਵੇਖਣਾ ਬਹੁਤ ਜ਼ਰੂਰੀ ਇੱਕ ਪਾਸੇ ਲੋਕ ਪਹਿਲਾਂ ਹੀ ਮਹਾਮਾਰੀ ਦਾ ਸੰਤਾਪ ਹੰਡਾ ਰਹੇ ਹਨ ਦੂਜੇ ਪਾਸੇ ਪਾਵਰ ਕਮ ਵਿਭਾਗ ਹਰ ਰੋਜ਼ ਬਿਜਲੀ ਬੰਦ ਕਰਕੇ ਇਸ ਨਾਲ ਸੰਬੰਧਿਤ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਦੁਕਾਨਦਾਰਾਂ ਨੇ ਪਾਵਰ ਕਮ ਵਿਭਾਗ ਨੂੰ ਚੇਤਾਵਨੀ ਦਿੱੰਦੀ ਹੈ ਕਿ ਜੇਕਰ ਪਾਵਰ ਕਮ ਨੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਦਾ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਕਰਨ ਦੇ ਲਈ ਅਸੀਂ ਮਜਬੂਰ ਹੋਵਾਂਗੇ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚੋਂ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੀ ਚੁੱਕੀ ਸੌ ਸਮਾਜ ਤੋਂ ਭ੍ਰਸ਼ਟਾਚਾਰ ਦੇ ਖਾਤਮੇ ਦੇ ਲਈ ਏ ਡੀ ਜੀ ਪੀ ਕਮ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਵੱਲੋਂ ਅੱਜ ਵਿਜੀਲੈਂਸ ਜਾਗਰੂਕਤਾ ਹਫਤੇ ਦੇ ਪਹਿਲੇ ਦਿਨ ਪੰਜਾਬ ਵਿਜੀਲੈਂਸ ਪਵਨ ਐਸ ਐਸ ਨਗਰ ਵਿਖੇ ਬਿਊਰੋ ਦੇ ਸਾਰੇ ਅਧਿਕਾਰੀਆਂ ਕਰਮਚਾਰੀਆਂ ਨੂੰ ਸੌਂਚਕਾਈ ਗਈ ਇਸ ਮੌਕੇ ਸੰਬੋਧਨ ਕਰਦਿਆਂ ਬੀ ਕੇ ਉਪਪਲ ਨੇ ਕਿਹਾ ਕਿ ਸਮਾਜ ਚੋਂ ਭ੍ਰਸ਼ਟਾਚਾਰ ਖਤਮ ਕਰਨ ਦੇ ਲਈ ਵਿਜੀਲੈਂਸ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਤੇ ਫਰਜ਼ਾਂ ਦੇ ਪ੍ਰਤੀ ਜਾਗਰੂਕ ਕਰਨਾ ਸਾਡਾ ਨੈਤਿਕ ਫਰਜ਼ ਹੈ ਉਹਨਾਂ ਨੇ ਕਿਹਾ ਜੋ ਬ੍ਰਾਈ ਨੂੰ ਜੜੋਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਬਿਊਰੋ ਨੂੰ ਸਹਾਇਤਾ ਦੇ ਸਕਣ ਉਹਨਾਂ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਤੇ ਨਾਲ ਨਿਭਾਉਣ ਤਾਂ ਜੋ ਸਮਾਜ ਦੇ ਵਿੱਚੋਂ ਭ੍ਰਸ਼ਟਾਚਾਰ ਦੀ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ ਫੂਡ ਸੇਫਟੀ ਟੀਮ ਦੇ ਵੱਲੋਂ ਡੇਰੀ ਮਾਲਕ ਦੇ ਘਰ ਚੋਂ ਰੇਡ ਨਕਲੀ ਦੁੱਧ ਬਣਾਉਣ ਦਾ ਸਮਾਨ ਬਰਾਮਦ ਫੂਡ ਸੇਫਟੀ ਵਿਭਾਗ ਅਫਸਰ ਚਰਨਜੀਤ ਸਿੰਘ ਤੇ ਥਾਣਾ ਮੁਖੀ ਮਲੌਦ ਕਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਸਾਂਝੀ ਟੀਮ ਵੱਲੋਂ ਇਤਲਾਹ ਦੇ ਆਧਾਰ ਤੇ ਦੁੱਧ ਸੁਸਾਇਟੀ ਦੇ ਸੈਕਟਰੀ ਗੁਰਵਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਸੋਮਲ ਖੇੜੀ ਦੇ ਘਰ ਨਕਲੀ ਦੁੱਧ ਬਣਾਉਣ ਦਾ ਸਮਾਨ ਬਰਾਮਦ ਕੀਤਾ ਗਿਆ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਡੀਐਸਪੀ ਵੱਲੋਂ ਔਰਤ ਜਿਨਸੀ ਸ਼ੋਸ਼ਣ ਮਾਮਲੇ 'ਚੋਂ ਆਈਜੀ ਨੇ ਐਸਆਈਟੀ ਬਣਾਈ ਗ੍ਰਿਫਤਾਰ ਡੀਐਸਪੀ ਦਾ ਤਿੰਨ ਰੋਜਾ ਪੁਲਿਸ ਰਮਾਂਡ ਬਠਿੰਡਾ ਪੁਲਿਸ ਦੇ ਵੱਲੋਂ ਔਰਤ ਐਜੰਸੀ ਸ਼ੋਸ਼ਣ ਸਬੰਧੀ ਗ੍ਰਿਫਤਾਰ ਐਸਟੀਐਫ ਦੇ ਡੀਐਸਪੀ ਗੁਰਸ਼ਰਨ ਸਿੰਘ ਦੇ ਮਾਮਲੇ 'ਚ ਡੂੰਘਾਈ ਦੇ ਨਾਲ ਪੜਤਾਲ ਕਰਨ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੈੱਟ ਦਾ ਗਠਨ ਕੀਤਾ ਗਿਆ ਟੀਮ ਦੀ ਅਗਵਾਈ ਡੀਐਸਪੀ ਕਰਨਗੇ ਜਦੋਂ ਕਿ ਉਹਨਾਂ ਦੇ ਨਾਲ ਹੋਰ ਵੀ ਅਧਿਕਾਰੀਆਂ ਨੂੰ ਤਨਾਇਤ ਕੀਤਾ ਗਿਆ ਹੈ ਉਧਰ ਥਾਣਾ ਸਿਵਲ ਲਾਈਨ ਪੁਲਿਸ ਨੇ ਗ੍ਰਿਫਤਾਰ ਡੀਐਸਪੀ ਦਾ ਤਿੰਨ ਰੋਜ਼ਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਉਧਰ ਜ਼ਿਲ੍ਹਾ ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਆ ਐਸ ਪੀਡੀ ਬਠਿੰਡਾ ਗੁਰਵਿੰਦਰ ਸਿੰਘ ਸੰਘਾ ਦਾ ਕਹਿਣਾ ਹੈ ਕਿ ਮੁੱਖ ਦਫਤਰ ਪੱਤਰ ਤੇ ਗੁਰਸ਼ਰਨ ਸਿੰਘ ਦੇ ਖਿਲਾਫ ਵਿਭਾਗੀ ਪੜਤਾਲ ਕੀਤੀ ਜਾਏਗੀ ਪੁਲਿਸ ਦੇ ਸਬੰਧ ਚ ਸ਼ਿਕਾਇਤ ਕਰਤਾ ਔਰਤ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵਿੱਚ ਕੇਸ ਦਰਜ ਕੀਤਾ ਸੀ ਅੱਜ ਭਾਜਪਾਗੂ ਸੁਖਪਾਲ ਸਰਾਂ ਦੀ ਹਾਜ਼ਰੀ ਚ ਇਸ ਔਰਤ ਨੇ ਸਬੰਧਤ ਡੀਐਸਪੀ ਖਿਲਾਫ ਸਖਤ ਕਾਰਵਾਈ ਤੇ ਉਸਦੇ ਪਰਿਵਾਰ ਦੇ ਖਿਲਾਫ ਦਰਜ ਨਸ਼ਾ ਤਸਕਰੀ ਦਾ ਝੂਠਾ ਕੇਸ ਖਾਰਜ ਕਰਨ ਦੀ ਮੰਗ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਨਗਰ ਨਿਗਮ ਅਧਿਕਾਰੀਆਂ ਵੱਲੋਂ ਮਿੱਟੀ ਹੀਠਾ ਦਬਾਇਆ ਗਿਆ ਆਟਾ ਆਪ ਵਰਕਰਾਂ ਦੀਆਂ ਨੇ ਕੀਤੀਆਂ ਦੋਚੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਪੰਜਾਬ ਸਰਕਾਰ ਦੇ ਵੱਲੋਂ ਲਾਕਡਾਊਨ ਦੌਰਾਨ ਲੋੜਵੰਦ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮਹੱਈਆ ਕਰਵਾਉਣ ਦੇ ਲਈ ਇਸੇ ਅਧੀਨ ਸਰਕਾਰ ਦੇ ਵੱਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਆਟਾ ਵੰਡਿਆ ਗਿਆ ਪਰ ਅੱਜ ਜਦੋਂ ਜ਼ਿਲ੍ਹਾ ਬਠਿੰਡਾ ਦੇ ਵਿਖੇ ਆਪ ਵਰਕਰਾਂ ਵੱਲੋਂ ਜੋਗਰ ਪਾਕਰ ਦੇ ਵਿਖੇ ਜੀਸੀਬੀ ਦੀ ਮਦਦ ਨਾਲ ਵੱਡੀ ਮਾਤਰਾ 'ਚ ਆਟਾ ਮਿੱਟੀ ਏਟੋ ਦੱਬਿਆ ਦੇਖਿਆ ਗਿਆ ਤਾਂ ਜਿਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਉਹਨਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਲੋਕਾਂ ਨੂੰ ਰਾਸ਼ਨ ਵੰਡਣ ਦੇ ਲਈ ਆਟਾ ਇਕੱਠਾ ਕੀਤਾ ਗਿਆ ਪਰ ਇੰਜ ਲੱਗਦਾ ਕਿ ਇਹ ਆਟਾ ਲੋਕਾਂ ਤੱਕ ਨਹੀਂ ਪੁੱਜਾ ਗੋਦਾਮਾਂ ਜੂ ਪਿਆਰਿਆ ਤੇ ਖਰਾਬ ਹੋ ਗਿਆ ਜਿਸ ਕਾਰਨ ਹੁਣ ਇਸ ਨੂੰ ਮਿੱਟੀ ਦੇ ਹੇਠਾਂ ਦਬਾਇਆ ਜਾ ਰਿਹਾ ਕੁਝ ਆਟੇ ਦੀਆਂ ਥੈਲੀਆਂ ਦਬਾਈਆਂ ਜਾ ਰਹੀਆਂ ਸਨ ਤੇ ਨਾਲ ਹੀ ਖੁੱਲਾ ਆਟਾ ਵੀ ਦਬਾਇਆ ਜਾ ਰਿਹਾ ਹੈ ਨਾ ਬਾਲਕ ਲੜਕੀ ਨੂੰ ਵਿਆਹ ਦੀ ਨੀਅਤ ਨਾਲ ਵਰਗ ਲਾ ਕੇ ਲਜਾਣ ਤੇ ਮਾਪਿਆਂ ਸਮੇਤ ਪੁੱਤ ਗ੍ਰਿਫਤਾਰ ਦਸੂਹਾ ਪੁਲਿਸ ਨੇ ਇੱਕ ਨਾਬਾਲਕ ਲੜਕੀ ਮਿੰਦੋ ਜਿਸ ਨੂੰ ਵਰਗਲਾ ਕੇ ਲੜਕਾ ਮਨਿੰਦਰ ਸਿੰਘ ਬਾਜਵਾ ਪਿਓ ਦਵਿੰਦਰ ਸਿੰਘ ਤੇ ਉਸਦੀ ਮਾਤਾ ਮਨਜੀਤ ਕੌਰ ਜੋ ਕਿ ਲੜਕੀ ਨੂੰ ਵਰਗਲਾ ਕੇ ਬਿਆਨ ਕਰਨ ਦਾ ਝਾਂਸਾ ਦੇ ਕੇ ਲੈ ਗਏ ਸਨ ਇਹਨਾਂ ਨੂੰ ਤਿੰਨਾਂ ਨੂੰ ਦਸੂਹਾ ਪੁਲਿਸ ਨੇ ਲੜਕੀ ਦੇ ਵਾਰਸਾਂ ਦੀ ਸਹਾਇਤਾ ਦੇ ਨਾਲ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਜਦ ਕਿ ਉਕਤ ਨਾਬਾਲਕ ਲੜਕੀ ਨੂੰ ਵੀ ਇਹਨਾਂ ਦੇ ਚੁੰਗਲ ਤੋਂ ਛਡਵਾ ਲਿਆ ਗਿਆ ਸਬੰਧੀ ਡੀਐਸਪੀ ਦਸੂਹਾ ਮਨੀਸ਼ ਕੁਮਾਰ ਨੇ ਦੱਸਿਆ ਕਿ ਐਸਐਸਪੀ ਹਸ਼ਿਆਰਪੁਰ ਨਵਜੋਤ ਸਿੰਘ ਮਾਹਲ ਦੀਆਂ ਸਖਤ ਹਦਾਇਤਾਂ ਤੇ ਅਨੁਸਾਰ ਲੜਕੀ ਨੂੰ ਵਰਗਲਾ ਕੇ ਦੋਚੀਆਂ ਨੂੰ ਫੜਿਆ ਜਾਵੇ ਦਸੂਹਾ ਪੁਲਿਸ ਦੇ ਸਬ ਇੰਸਪੈਕਟਰ ਜਸਵੀਰ ਸਿੰਘ ਏਐਸਆਈ ਬਲਵਿੰਦਰ ਕੌਰ ਤੇ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਖੇਤੀ ਕਾਨੂੰਨ ਭਾਰਤ ਦੀਆਂ 500 ਕਿਸਾਨ ਜਥੇਬੰਦੀਆਂ ਇਕਜੁੱਟ ਕਿਹਾ ਆਰਪਾਰ ਦੀ ਲੜਾਈ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ 5 ਨਵੰਬਰ ਨੂੰ ਪੂਰੇ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕਰਦਿਆ ਨਵੇਂ ਖੇਤੀ ਕਾਨੂੰਨ ਵਾਪਸ ਲਏ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਮੀਟਕ ਚ 25 26 ਨਵੰਬਰ ਨੂੰ ਦਿੱਲੀ ਵਿਖੇ ਵੱਡਾ ਮੁਜ਼ਾਹਰਾ ਕੀਤਾ ਜਾਵੇਗਾ ਮੀਟਕ ਦੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਨੇ ਆਰ ਪਾਰ ਦੀ ਲੜਾਈ ਲੜਨੀ ਹੈ ਕੇਂਦਰ ਦੇ ਵੱਲੋਂ ਮਾਲ ਗੱਡੀਆਂ ਪੰਜਾਬ ਵਿੱਚ ਰੋਕੇ ਜਾਣ ਤੋਂ ਬਾਅਦ ਬਲਵੀਰ ਰਾਜੇਵਾਲ ਨੇ ਕਿਹਾ ਕੋਈ ਅਜਿਹਾ ਟਰੈਕ ਨਹੀਂ ਜਿਸ ਨੂੰ ਕਿਸਾਨਾਂ ਨੇ ਰੋਕਿਆ ਹੋਵੇ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮਿਲ ਕਮੇਟੀ ਦੇ ਸੱਦੇ ਤੇ ਦੇਸ਼ ਭਾਰਤ ਤੋਂ 500 ਤੋਂ ਵੱਧ ਕਿਸਾਨ ਸੰਗਠਨਾ ਦੀ ਮੀਟਿੰਗ ਗੁਰਦੁਆਰਾ ਸ਼੍ਰੀ ਰਕਾਬਗੰਜ ਦਿੱਲੀ ਰਕਾਬਗੰਜ ਸਾਹਿਬ ਦਿੱਲੀ ਵਿਖੇ ਹੋਈ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਦੇ ਲਈ ਦੇਸ਼ ਪੱਧਰੀ ਸਾਂਝੇ ਸੰਘਰਸ਼ ਦਾ ਐਲਾਨ ਕੀਤਾ ਗਿਆ ਸਿਹਤ ਮੰਤਰੀ ਸਿੱਧੂ ਨੇ 750 ਲਾਭਪਾਤਰੀਆਂ ਨੂੰ ਨੀਲੇ ਕਾਰਡ ਵੰਡੇ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਮੁਹਾਲੀ ਦੇ ਸੈਕਟਰ 71 ਸਥਿਤ ਕਮਿਊਨਿਟੀ ਸੈਂਟਰ 'ਚ ਸਾਡੇ ਪ੍ਰੋਗਰਾਮ ਦੇ ਦੌਰਾਨ 750 ਲਾਭਪਾਤਰੀਆਂ ਨੂੰ ਸਿਹਤ ਮੰਤਰੀ ਬਲਵੀਰ ਸਿੱਧੂ ਨੇ ਨੀਲੇ ਕਾਰਡਾਂ ਦੀ ਵੰਡ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਭਲਾਈ ਦੇ ਲਈ ਅਨੇਕਾ ਉਪਰਾਲੇ ਕਰ ਰਹੀ ਉਹਨਾਂ ਨੇ ਕਿ ਇਸੇ ਨੀਤੀ ਦੇ ਤਹਿਤ ਲੋਕਾਂ ਨੂੰ ਨੀਲੇ ਕਾਰਡਾਂ ਦੀ ਵੰਡ ਕੀਤੀ ਗਈ ਹੈ ਜਿਹੜੇ-ਜਿਹੜੇ ਸਰੋਤੇ ਵੀਰਾਂ ਨੂੰ ਨੀਲੇ ਕਾਰਡ ਮਿਲ ਗਏ ਉਹ ਕਮੈਂਟ ਸੈਕਸ਼ਨ 'ਚ ਯੈਸ ਲਿਖਣ ਬਾਕੀ ਨੋ ਲਿਖ ਸਕਦੇ ਹਨ ਇਸ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਚੋਣਾ ਲਈ ਵਾਰਡਬੰਦੀ ਦਾ ਖਾਕਾ ਤਿਆਰ ਕਰਕੇ ਉਸ ਦਾ ਨਕਸ਼ਾ ਨਗਰ ਨਿਗਮ ਦੇ ਦਫ਼ਤਰ ਵਿੱਚ ਲਗਾ ਦਿੱਤਾ ਜੇਕਰ ਕਿਸੇ ਨੂੰ ਨਕਸ਼ੇ ਵਿੱਚ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਇਤਰਾਜ਼ ਦਰਜ ਕਰਵਾ ਸਕਦਾ ਹੈ ਖਾਕੀ ਵਰਦੀ ਚੋਂ ਆਏ ਲਟੋਰੇ 30 ਸੋਨੇ 30 ਤੋਲੇ ਸੋਨਾ ਲੁੱਟ ਕੇ ਫਰਾਰ ਪੰਜਾਬ ਤੋਂ ਆਏ ਦਿਨ ਕ੍ਰਾਈਮ ਦੀਆਂ ਘਟਨਾਵਾਂ ਵਾਧੀਆਂ ਜਾ ਰਹੀਆਂ ਦਿਨ ਤਿਉਹਾਰੇ ਲੁੱਟੇਰਿਆਂ ਵੱਲੋਂ ਸ਼ਹਿਰ ਦੇ ਵਿੱਚ ਆਂਤਕ ਮਚਾਇਆ ਗਿਆ ਜ਼ਿਲ੍ਹਾ ਫਿਰੋਜ਼ਪੁਰ ਦੇ ਮਖੂ ਚੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਲੁੱਟੇਰੇ ਪੁਸਤ ਦੀ ਵਰਦੀ ਪਾ ਕੇ ਕਾਰੰਦਰ ਦਾਖਲ ਹੋਏ ਤੇ 30 ਤੋਲੇ ਸੋਨਾ ਲੈ ਕੇ ਫਿਰ ਫਰਾਰ ਹੋ ਗਏ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਤੇ ਵੱਡਾ ਝਟਕਾ ਸੁਪਰੀਮ ਕੋਰਟ ਦੇ ਨਿਰਦੇਸ਼ ਦੇਣ ਤੋਂ ਕੀਤੀ ਨਾ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਸ ਜਨ ਹਿੱਤ ਪਟੀਸ਼ਨ ਦੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਸਾਰੇ ਸੂਬਿਆਂ ਨੂੰ ਕੇਂਦਰ ਸਰਕਾਰ ਦੇ ਹਾਲੀਆ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ ਦੀ ਮੰਗ ਕੀਤੀ ਗਈ ਸੀ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਅਗਵਾਈ ਵਾਲੇ ਬੈਂਚ ਨੇ ਕਿਹਾ ਹੈ ਕਿ ਮਾਫ ਕਰੋ ਅਸੀਂ ਪਟੀਸ਼ਨ 'ਚ ਦਖਲ ਦੇਣ ਤੋਂ ਇਨਕਾਰ ਕਰਦੇ ਹਾਂ ਹਿੰਦੂ ਧਰਮ ਪਰਿਸ਼ਦ ਦੇ ਵਿੱਚ ਦਖਲ ਕਰਨ ਦਖਲ ਇਸ ਜਨ ਹਿੱਤ ਪਟੀਸ਼ਨ ਦੀ ਮੰਗ ਕੀਤੀ ਗਈ ਸੀ ਸਾਰੇ ਸੂਬਿਆਂ ਨੂੰ ਕਿਸਾਨ ਪੈਦਾਵਾਰ ਤੇ ਵਣਜ ਐਕਟ 220 ਮੁੱਲ ਭਰੋਸਾ ਤੇ ਖੇਤੀ ਸਿਵਵਾਮਾਂ ਤੇ ਕਿਸਾਨ ਸਮਝੌਤਾ ਐਕਟ 2020 ਜ਼ਰੂਰੀ ਵਸਤਾਂ ਆ ਸੋਧ ਐਕਟ 2020 ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ ਹਾਲਾਂਕਿ ਕਾਂਗਰਸ ਸਾਸਤ ਸੂਬਿਆਂ 'ਚੋਂ ਪੰਜਾਬ ਦੇ ਸੂਬਾਈ ਵਿਧਾਨ ਸਭਾ ਚ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਦੇ ਉਕਤ ਤਿੰਨੇ ਬਿੱਲਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ। ਬੰਦ ਹੋਣ ਦੇ ਨੇੜੇ ਪੰਜਾਬ ਦੀ ਇੰਡਸਟਰੀ ਉਦਯੋਗ ਮੰਤਰੀ ਨੇ ਕੀਤਾ ਖੁਲਾਸਾ ਰੇਲਾ ਕੇਂਦਰ ਦੇ ਵੱਲੋਂ ਰੇਲਾ ਬੰਦ ਕਰਨ ਦੇ ਅਸਰ ਚੋਂ ਪੰਜਾਬ ਦੇ ਕਾਰੋਬਾਰ ਤੇ ਪੈਣ ਲੱਗਾ ਪੰਜਾਬ ਦੇ ਵਿੱਚ ਉਦਯੋਗ ਲਈ ਕੱਚਾ ਮਾਲ ਨਹੀਂ ਆ ਰਿਹਾ ਤੇ ਨਾ ਹੀ ਮਾਲ ਸੂਬੇ ਤੋਂ ਬਾਹਰ ਜਾ ਰਿਹਾ ਅਜਿਹੇ ਵਿੱਚ ਵਪਾਰ ਆ ਜਿਹੜਾ ਜਿੰਨ ਅਜਿਹੇ ਚੋਂ ਜਿਨ੍ਹਾਂ ਦਾ ਵਪਾਰ ਬਾਹਰ ਹੋ ਰਿਹਾ ਮਾਲ ਤਿਆਰ ਤੇ ਸਮੇਂ ਤੇ ਭੇਜਿਆ ਜਾਣਾ ਸੀ ਉਹ ਨਹੀਂ ਭੇਜਿਆ ਜਾ ਸਕਿਆ ਨਤੀਜਾ ਇਹ ਹੋਇਆ ਕਿ ਕੰਪਨੀਆਂ ਨੇ ਆਪਣੇ ਆਰਡਰ ਰੱਦ ਕਰ ਦਿੱਤੇ ਨਾਲ ਹੀ ਸਮੇਂ ਤੇ ਡਿਲੀਵਰੀ ਨਾ ਹੋਣ ਕਰਕੇ ਕਾਰੋਬਾਰੀਆਂ ਨੂੰ ਵੱਡੇ ਜੁਰਮਾਨੇ ਲੱਗ ਚੁੱਕੇ ਹਨ ਸੋ ਦੋਸਤੋ ਇਹ ਸਾਨੂੰ ਸੂਬੇ ਪੰਜਾਬ ਦੀ ਆਮ ਅਤੇ ਖਾਸ ਖਬਰਾਂ ਵੀਡੀਓ ਦੇਖਣ ਲਈ ਤੁਹਾਡਾ